ਮੈਨੂੰ ਇਸ ਗੱਲ ਦਾ ਬਹੁਤ ਵੱਡਾ ਅਫਸੋਸ ਹੈ ਕਿ ਪੰਥ ਦੀ ਬਹੁਤ ਹੀ ਮਹਾਨ ਸ਼ਖਸੀਅਤ, ਕੌਮ ਦੇ ਅਨਮੋਲ ਹੀਰੇ, ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਸਾਨੂੰ ਸਦੀਵੀ ਵਿਛੋੜ ਦੇ ਗਏ। ਬੜਾ ਵੱਡਾ ਘਟਾ ਪਿਆ। ਪਰ ਉਸ ਤੋਂ ਵੀ ਵੱਧ ਮੈਨੂੰ ਦੁੱਖ ਇਸ ਗੱਲ ਦਾ ਕਿ ਉਹਨਾਂ ਦੇ ਅੰਤਿਮ ਸੰਸਕਾਰ ਵਾਸਤੇ ਜਿਸ ਤਰੀਕੇ ਸ਼ਮਸ਼ਾਨ ਘਾਟ ਨੂੰ ਖੋਲ੍ਹਣ ਦਾ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ, ਮੈਂ ਸਮਝਦਾ ਕਿ ਇਸ ਘਟਨਾ ਨੇ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕੀਤਾ। ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਔਰਤ ਦੀ ਡੈਥ ਹੋਈ, ਉੱਥੇ ਵੀ ਇਸ ਤਰ੍ਹਾਂ ਦਾ ਕਾਰਨਾਮਾ ਹੋਇਆ। ਫਿਰੋਜ਼ਪੁਰ ਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ, ਉੱਥੇ ਵੀ ਪੁਲਿਸ ਨੂੰ ਬੜੀ ਮਿਹਨਤ ਕਰਕੇ 3 ਸ਼ਮਸ਼ਾਨ ਘਾਟ ਬਦਲ ਕੇ ਉਹਦਾ ਸੰਸਕਾਰ ਕਰਨਾ ਪਿਆ। ਮੈਂ ਸਮਝਦਾ ਕਿ ਕਿਤੇ ਨਾ ਕਿਤੇ ਅਸੀਂ ਇਨਸਾਨੀਅਤ ਤੋਂ ਬਹੁਤ ਨੀਚੇ ਗਿਰ ਰਹੇ। ਮੌਤਾਂ ਇਸ ਬਿਮਾਰੀ ਤੋਂ ਪਹਿਲਾਂ ਵੀ ਕਦੀ ਬੰਦ ਨਹੀਂ ਹੋਈਆਂ, ਇਸ ਤੋਂ ਬਾਅਦ ਵੀ ਬੰਦ ਨਹੀਂ ਹੋਣੀਆਂ। ਇਹ ਇੱਕ ਅਟਲ ਸੱਚਾਈ ਹੈ। ਠੀਕ ਹੈ ਕਿ ਇਹਦੇ ਤੋਂ ਬਚਣ ਵਾਸਤੇ, ਪਰਹੇਜ਼ ਕਰਨ ਵਾਸਤੇ ਸਰਕਾਰਾਂ ਨੇ ਕੁਛ ਪਾਬੰਦੀਆਂ ਲਾਈਆਂ, ਪਰ ਮੈਂ ਸਮਝਦਾ ਕਿ ਜੋ ਵਿਵਹਾਰ ਅਸੀਂ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਇਨਸਾਨ ਜਿਹਨੇ ਸਾਰੀ ਉਮਰ ਸਾਨੂੰ ਸ਼੍ਰੀ ਹਰਿਮੰਦਰ ਸਾਹਿਬ ਦੀ